ਸੁਪਰੀਮ ਕੋਰਟ ਆ ਬਹੁਤ ਆਸਾਂ ਹੁੰਦੀਆਂ ਨੇ ਤੇ ਅੱਜ ਤੱਕ ਕਦੇ ਕੋਰਟ ਨੇ ਕੋਈ ਬਚੋਲਗੀ ਵਾਲਾ ਕੋਈ ਸਮਾਧਾਨ ਕੱਢਿਆ ਨਹੀਂ ਉਹਨੂੰ ਪਰ ਇਹ ਰੈਲੀ ਸਾਡੀ ਨਾ ਇਹ ਤੈਅ ਆ ਅਸੀਂ ਰੈਲੀ ਕਰਾਂਗੇ ਅਸੀਂ ਇਹਨਾਂ ਤੋਂ ਮੰਗੀ ਆ ਜਗ੍ਹਾ ਜਿਹੜਾ ਰਿੰਗ ਰੋਡ ਆ ਦਿੱਲੀ ਦਾ ਉਹਦੇ ਤੇ ਅਸੀਂ ਜਗ੍ਹਾ ਮੰਗੀ ਸੀ ਕਿ ਤੁਸੀਂ ਸਾਨੂੰ ਇਹ ਰੋਡ ਖਾਲੀ ਕਰ ਦਿਓ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਇੱਥੋਂ ਚੱਲ ਕੇ ਰਿੰਗ ਰੋਡ ਤੋਂ ਕਰਕੇ ਤੇ ਵਾਪਸ ਅਸੀਂ ਆਪਣੇ ਆਪਣੇ ਪੜਾਵਾਂ ਤੇ ਆ ਜਾਵਾਂਗੇ ਬਿਲਕੁਲ ਸ਼ਾਂਤੀਪੂਰਵਕ। ਸਾਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਭਲਾ ਅਸੀਂ ਪਿੱਛੇ ਨਹੀਂ ਹਟਾਂਗੇ ਜੇ ਸਾਨੂੰ ਪਰਮਿਸ਼ਨ ਦੇ ਵੀ ਦਊਗੀ ਤਾਂ ਵੀ ਠੀਕ ਹੈ ਨਹੀਂ ਤਾਂ ਅਸੀਂ ਆਪਣੇ ਤਰੀਕੇ ਦੇ ਨਾਲ ਬੈਰੀਕੇਡ ਲਾਉਣਗੇ ਅਸੀਂ ਤੋੜ ਕੇ ਮਾਰਚ ਅਸੀਂ ਜ਼ਰੂਰ ਕੱਢਾਂਗੇ। ਸੁਪਰੀਮ ਕੋਰਟ ਜੋ ਮਰਜ਼ੀ ਡਿਸੀਜਨ ਲੈ ਲਵੇ ਲੋਕਾਂ ਦਾ ਸੁਪਰੀਮ ਕੋਰਟ ਤੋਂ ਵਿਸ਼ਵਾਸ ਉੱਠ ਚੁੱਕਾ ਆ। ਕਿਸਾਨ ਜਥੇਬੰਦੀਆਂ ਦਾ ਡਿਸੀਜਨ ਇਹ ਆ ਕਿ ਰੈਲੀ ਹੋਊਗੀ ਔਰ ਦਿੱਲੀ ਦੇ ਵਿੱਚ ਐਂਟਰ ਕਰਾਂਗੇ ਔਰ ਇਹ ਜਿਹੜਾ ਫੈਸਲਾ ਆ ਇਹ ਅਟਲ ਫੈਸਲਾ ਆ ਚਾਹੇ ਸੁਪਰੀਮ ਕੋਰਟ ਜੋ ਮਰਜ਼ੀ ਫੈਸਲਾ ਕਰ ਦੇਵੇ। ਛੱਬੀ ਤਰੀਕ ਦੇ ਟਰੈਕਟਰ ਮਾਰਚ ਨੂੰ ਲੈ ਕੇ ਜਿਹੜੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮੋਦੀ ਹਕੂਮਤ ਨੂੰ ਝੁਕਾਉਣ ਵਾਸਤੇ ਵੱਡੇ ਪੱਧਰ ਤੇ 20 ਤਰੀਕ ਦਾ ਸਾਡਾ ਟਰੈਕਟਰ ਮਾਰਚ ਹੈ ਅਸੀਂ ਉਹ ਸਫਲ ਕਰ ਸਕੀਏ। 26 ਤਰੀਕ ਦਾ ਜਿਹੜੀ ਦਿੱਲੀ ਪਰੇਡ ਦਾ ਜਾਂ ਦਿੱਲੀ ਪਹੁੰਚਣ ਲਈ ਸੱਦਾ 32 ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਸੱਦਾ ਪੱਤਰ ਆਇਆ ਵਾ ਸਾਨੂੰ ਉਹਨਾਂ ਤਹਿਤ ਅੱਜ ਆਪਾਂ ਟਰੈਕਟਰ ਰੋਡ ਮਾਰਚ ਕਰਕੇ ਸਾਰੇ ਹੀ ਕਿਸਾਨਾਂ ਨੂੰ ਅਤੇ ਦੁਕਾਨਦਾਰਾਂ ਆੜ੍ਹਤੀਆਂ ਨੂੰ ਹੋਰ ਵੀ ਜਿਹੜੇ ਆਪਣਾ ਸੰਬੰਧਿਤ ਰੱਖਦਾ ਕਿਤੇ ਦੇ ਨਾਲ ਜਾਂ ਕਿੱਦਾਂ ਵੀ ਜੁੜਿਆ ਉਹਨਾਂ ਨੂੰ ਪ੍ਰੇਰ ਕਰਨ ਆਏ ਆ। ਜਿਹੜਾ ਇਹ ਟਰੈਕਟਰ ਮਾਰਚ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਦੀ ਗਵਾਈ ਦੇ ਵਿੱਚ ਕੀਤਾ ਜਾ ਰਿਹਾ ਹੈ। ਇਹ 6 ਪਿੰਡਾਂ ਦਾ ਮਾਰਚ ਹੈਗਾ ਕਿਉਂਕਿ ਕਿਸਾਨ ਮੋਰਚੇ ਦੇ ਵੱਲੋਂ ਜਿਹੜੇ ਵੱਲੋਂ ਦਿੱਲੀ ਨੂੰ ਘੇਰਾ ਪਾਇਆ ਹੋਇਆ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਕਿ ਟਰੈਕਟਰ ਮਾਰਚ ਰੋਸ ਮਾਰਚ ਕਰੋ ਉਹਦੇ ਤਹਿਤ ਕੀਤਾ ਜਾ ਰਿਹਾ। ਦਿੱਲੀ ਜਿਹੜਾ ਮੋਰਚੇ ਦੇ ਵਿੱਚੋਂ ਸਾਨੂੰ ਕਾਲ ਆਈ ਹੈਗੀ ਵੀ ਆਪਣੇ 26 ਤਰੀਕ ਨੂੰ ਜਿਹੜਾ ਪਰੇਡ ਟਰੈਕਟਰਾਂ ਦਾ ਪਰੇਡ ਕਰਨੀ ਹੈਗੀ ਉਸਦੇ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਲਗਾਤਾਰ ਇਹ ਜਿਹੜੇ ਟਰੈਕਟਰ ਮਾਰਚ ਨੇ ਪਰੇਡ ਵਾਸਤੇ ਰਿਹਰਸਲ ਕਰਾ ਰਹੇ ਹਾਂ। ਇਸ ਟਰੈਕਟਰਾਂ ਦਾ ਜਿਹੜਾ ਮਾਰਚ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਜਿਸ ਦੇ ਵਿੱਚ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਭਵੰਦ ਕਰਨਾ ਹੈਗਾ। ਟਰੈਕਟਰ ਵਾਲੀ ਅਬਡਾਲਾ ਗਰੰਤੀਆਂ ਤੋਂ ਇਹ ਵੀਰ ਉੱਥੋਂ ਤਕਰੀਬਨ 500 ਟਰੈਕਟਰ ਉੱਥੋਂ ਲੈ ਕੇ ਆਏ ਨੇ। ਇੱਥੇ ਬਟਾਲੇ ਵੀ 150-200 ਟਰੈਕਟਰ ਅਤੇ ਨਾਲ ਕਾਰਾਂ ਸਕੂਟਰ ਮੋਟਰਸਾਈਕਲ ਇਹ ਜੋ 26 ਜਨਵਰੀ ਦਾ ਇੱਕ ਟ੍ਰੇਲਰ ਹੈ ਜਿੱਦਾਂ 26 ਜਨਵਰੀ ਦੀ ਪਰੇਡ ਹੁੰਦੀ ਹੈ ਇੱਥੇ ਅਸੀਂ ਇਹ ਟ੍ਰੇਲਰ ਕੱਢ ਕੇ ਵਿਖਾਇਆ। ਮੋਦੀ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਇਹ ਕਾਲੇ ਜਿਹੜੇ ਕਾਨੂੰਨ ਬਣਾਏ ਰੱਦ ਨਹੀਂ ਕਰਨੇ। ਇਹ ਮੋਦੀ ਸਰਕਾਰ ਨੂੰ ਇਹ ਟ੍ਰੇਲਰ ਦੱਸ ਰਹੇ ਹਾਂ ਹਰ ਕਸਬੇ ਦੇ ਵਿੱਚੋਂ ਜਿਹੜੇ ਲੱਖਾਂ ਦੀ ਤਾਦਾਦ ਵਿੱਚ ਟਰੈਕਟਰ ਦਿੱਲੀ ਵੱਲ ਨੂੰ ਕੂਚ ਕਰਨਗੇ ਅਤੇ ਉੱਥੇ ਜਾ ਕੇ ਜਿਹੜੀ ਪਰੇਡ ਕਰਾਂਗੇ 15,000 ਦਾ ਟਰੈਕਟਰ ਜਾਏਗਾ। ਅੱਜ ਹੀ ਜਿਹੜਾ ਬਟਾਲੇ ਦਾ 500 ਟਰੈਕਟਰ ਦਾ ਕਾਫਲਾ ਜਿਹੜਾ ਅਸੀਂ ਲੈ ਕੇ ਚੱਲ ਰਹੇ ਹਾਂ ਅਤੇ ਇਹ ਸਾਰਾ ਹੀ ਜਿਹੜਾ ਵਾ ਅੱਜ ਇੱਕ ਟ੍ਰੇਲਰ ਆ ਜਿਹਨੂੰ ਆਪਾਂ ਫਿਲਮ ਦਾ ਟ੍ਰੇਲਰ ਕਹਿੰਦੇ ਹਾਂ। ਸਰਕਾਰ ਨੂੰ ਟ੍ਰੇਲਰ ਵਿਖਾ ਰਹੇ ਹਾਂ ਵੀ ਅਸੀਂ ਜਿਹੜਾ ਨਾ ਠੰਡ ਤੋਂ ਸਾਨੂੰ ਡਰ ਆਉਂਦਾ ਨਾ ਗਰਮੀ ਤੋਂ ਆਉਂਦਾ ਨਾ ਕਿਸੇ ਹੋਰ ਚੀਜ਼ ਤੋਂ ਡਰ ਆਉਂਦਾ।